ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਾਂ ਤੁਹਾਡਾ ਆਪਣਾ ਮੋਨੂ ਭਗਤ। ਅੱਜ ਮੈਂ ਗੱਲ ਕਰਨਾ ਚਾਹੁੰਦਾ ਮੁੱਦਾ ਮੁਲਾਜ਼ਮਾਂ ਦਾ, ਮੁੱਦਾ ਪਟਵਾਰੀਆਂ ਦਾ, ਜੋ ਕਿ ਬੀਤੇ ਦਿਨੀ ਬਹੁਤ ਚਰਚਾਵਾਂ ਵਿੱਚ ਆ। ਸੀਐਮ ਸਾਹਿਬ ਪਟਵਾਰੀਆਂ ਦੇ ਮੁੱਦੇ, ਜਿਹੜੇ ਨਵੇਂ ਪਟਵਾਰੀ ਭਰਤੀ ਹੋ ਰਹੇ ਆ ਉਹਨਾਂ ਦੀ ਤਨਖਾਹ 5,000 ਤੋਂ ਵਧਾ ਕੇ 19,000 ਕੀਤੀ ਜਾਵੇ। ਜਿਹੜੇ ਪਟਵਾਰੀ ਦਾ ਟਾਈਮ ਪੀਰੀਅਡ 1.5 ਸਾਲ ਟ੍ਰੇਨਿੰਗ ਦਾ, ਉਹ 1.5 ਸਾਲ ਤੋਂ ਘਟਾ ਕੇ 1 ਸਾਲ ਕੀਤਾ ਜਾਵੇ। ਇਹਨਾਂ ਦੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਸੀਐਮ ਸਾਹਿਬ, ਸੀਐਮ ਉਹੀ ਹੁੰਦਾ ਜਿਹੜਾ ਕਿ ਮੁਲਾਜ਼ਮਾਂ ਦੀ ਗੱਲ ਸੁਣੇ, ਆਮ ਬੰਦੇ ਦੀ ਗੱਲ ਸੁਣੇ ਅਤੇ ਉਹਨਾਂ ਦੀ ਗੱਲ ਸੁਣ ਕੇ ਉਹਦਾ ਹੱਲ ਕੱਢੇ। ਸੀਐਮ ਸਾਹਿਬ, ਮੁਲਾਜ਼ਮ ਤੁਸੀਂ ਪਟਵਾਰੀਆਂ ਦੀ ਗੱਲ ਬਹਿ ਕੇ ਇਹਨਾਂ ਦੀ ਗੱਲ ਸੁਣੋ, ਇਹ ਕੀ ਚਾਹੁੰਦੇ ਹਨ, ਕੀ ਇਹਨਾਂ ਦੀਆਂ ਮੰਗਾਂ, ਇਹਨਾਂ ਦੀਆਂ ਮੰਗਾਂ ਸੁਣ ਕੇ ਉਹਨਾਂ ਦਾ ਤੁਸੀਂ ਹੱਲ ਕੋਈ ਕਰੋ, ਤਾਂ ਕਿ ਜੋ ਕਿ ਆਮ ਜਨਤਾ ਖੱਜਲ ਖੁਆਰ ਹੋ ਰਹੀ ਹੈ ਦਫ਼ਤਰਾਂ ਵਿੱਚ ਜਾ ਕੇ, ਪਟਵਾਰਖਾਨਿਆਂ ਵਿੱਚ ਜਾ ਕੇ, ਉਹ ਨਾ ਹੋ ਸਕੇ। ਸੀਐਮ ਸਾਹਿਬ, ਅਸਲੀ ਸੀਐਮ ਉਹੀ ਹੁੰਦਾ ਜੋ ਕਿ ਹਰ ਇੱਕ ਮੁਲਾਜ਼ਮ ਦੀ, ਹਰ ਇੱਕ ਆਮ ਜਨਤਾ ਪਬਲਿਕ ਦੀ ਗੱਲ ਸੁਣੇ ਅਤੇ ਉਹਨਾਂ ਦਾ ਹੱਲ ਕੱਢੇ। ਤੁਹਾਡੀ ਲਾਗਤਬਾਜ਼ੀ ਵਿੱਚ ਆਮ ਜਨਤਾ ਬਹੁਤ ਦਫ਼ਤਰਾਂ ਵਿੱਚ ਖੱਜਲ ਖੁਆਰ ਹੋ ਰਹੀ ਹੈ। ਇਹਨਾਂ ਨੇ ਵਾਧੂ ਸਰਕਲਾਂ ਦਾ ਕੰਮ ਕੀਤਾ, ਛੱਡਿਆ ਹੋਇਆ ਪਟਵਾਰੀਆਂ ਨੇ। ਪੰਜਾਬ ਵਿੱਚ 3100 ਅਤੇ 3200 ਸਰਕਲ ਜਿਹੜੇ ਵਾਧੂ ਉਹ ਛੱਡ ਦਿੱਤੇ ਨੇ। ਉਹ ਛੱਡਣ ਸਰਕਲ ਕਰਕੇ ਆਮ ਜਨਤਾ ਬਹੁਤ ਖੱਜਲ ਖਰਾਬ ਹੋ ਰਹੀ ਆ। ਸੀਐਮ ਸਾਹਿਬ, ਇਹਨਾਂ ਦੀ ਗੱਲ ਸੁਣ ਕੇ, ਇਹਨਾਂ ਦੇ ਮਸਲੇ ਸੁਣ ਕੇ, ਇਹਨਾਂ ਦੀ ਕੋਈ ਗੱਲ ਦਾ ਹੱਲ ਕੱਢੋ, ਤਾਂ ਕਿ ਜੋ ਆਮ ਜਨਤਾ ਖੱਜਲ ਖੁਆਰ ਹੋ ਰਹੀ ਆ ਉਹ ਨਾ ਹੋ ਸਕੇ। ਸੀਐਮ ਸਾਹਿਬ, ਤੁਸੀਂ ਗੱਲ ਕੀਤੀ ਕਿ ਪਟਵਾਰੀਆਂ ਨੇ ਅੱਗੇ 5-5, 10-10 ਹਜ਼ਾਰ ਦੇ ਮੁੰਡੇ ਰੱਖੇ ਹੋਏ ਆ ਪ੍ਰਾਈਵੇਟ। ਸੀਐਮ ਸਾਹਿਬ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕਿਹੜੇ ਡਿਪਾਰਟਮੈਂਟ 'ਚ ਪ੍ਰਾਈਵੇਟ ਮੁੰਡੇ ਨਹੀਂ ਹੈਗੇ? ਪਟਵਾਰਖਾਨਿਆਂ 'ਚ ਵੀ, ਤਹਿਸੀਲ 'ਚ ਵੀ ਪ੍ਰਾਈਵੇਟ ਮੁੰਡੇ ਰੱਖੇ ਹੋਏ ਆ। ਪ੍ਰਾਈਵੇਟ ਮੁੰਡਿਆਂ ਤੋਂ ਬਿਨਾਂ ਕੰਮ ਹੋ ਹੀ ਨਹੀਂ ਸਕਦਾ, ਪਰਿਵਾਰ ਸਰਕਲ ਦਾ ਵੀ। ਪੂਰੇ ਪੰਜਾਬ ਵਿੱਚ 3,000 ਤੋਂ 3,500 ਮੁੰਡਾ ਪਟਵਾਰੀਆਂ ਦੇ ਨਾਲ ਕੰਮ ਕਰਦਾ। ਉਹ ਸਾਰੇ ਮੁੰਡੇ ਵੈਲ ਐਜੂਕੇਟਡ, ਸਾਰੇ ਚੰਗੀ ਤਰ੍ਹਾਂ ਕੰਮ ਨੂੰ ਜਾਣਦੇ ਆ। 10-10, 15-15, 20-20 ਸਾਲ ਤੋਂ ਉਹ ਕੰਮ ਕਰ ਰਹੇ ਆ ਅਤੇ ਇਮਾਨਦਾਰੀ ਨਾਲ ਆਪਣਾ ਕੰਮ ਵੀ ਕਰ ਰਹੇ ਆ। ਸੀਐਮ ਸਾਹਿਬ, ਤੁਸੀਂ 5-5 ਹਜ਼ਾਰ ਤਾਂ ਉਹਨਾਂ ਨੇ ਪਟਵਾਰੀਆਂ ਨੇ ਚਲੋ ਰੱਖੇ, ਤੁਸੀਂ ਕਹਿ ਰਹੇ ਹੋ 10-10 ਹਜ਼ਾਰ ਤਾਂ ਮੁੰਡੇ ਰੱਖੇ, ਤੁਸੀਂ ਉਹਨਾਂ ਦਾ ਰੋਜ਼ਗਾਰ, ਉਹਨਾਂ ਨੂੰ ਸਗੋਂ ਤੁਹਾਨੂੰ, ਉਹਨਾਂ ਨੂੰ ਰੋਜ਼ਗਾਰ ਤੁਹਾਨੂੰ ਦੇਣਾ ਚਾਹੀਦਾ, ਤੁਸੀਂ ਉਹਨਾਂ ਦਾ ਰੋਜ਼ਗਾਰ ਸਗੋਂ ਖੋ ਰਹੇ ਹੋ। ਤੁਹਾਡੀ ਨਜ਼ਰ ਉਹਨਾਂ ਦੇ 5-5, 10-10 ਹਜ਼ਾਰ ਜਿਹੜੇ ਉਹ ਲੈ ਰਹੇ ਆ ਪਟਵਾਰੀਆਂ ਕੋਲ, ਉਹਨਾਂ 'ਤੇ ਵੀ ਪੈ ਗਈ। ਉਹਨਾਂ ਦਾ ਤੁਸੀਂ ਰੋਜ਼ਗਾਰ ਉਹਨਾਂ ਨੂੰ ਦੇਣ ਦੀ ਬਜਾਏ ਉਹਨਾਂ ਦਾ ਰੋਜ਼ਗਾਰ ਤੁਸੀਂ ਖੋ ਰਹੇ ਹੋ। ਅਤੇ ਜਿਹੜੇ ਪਟਵਾਰੀ ਕੰਨ ਉਹ 58-58 ਸਾਲ ਨੌਕਰੀ ਕਰਕੇ ਰਿਟਾਇਰ ਹੋ ਗਏ ਆ, ਉਹਨਾਂ ਨੂੰ ਤੁਸੀਂ ਫਿਰ ਅਪੁਆਇੰਟ ਕਰ ਰਹੇ ਹੋ 35-35 ਹਜ਼ਾਰ ਤਨਖਾਹਾਂ 'ਤੇ? ਕੀ ਗੱਲ ਇਹ, ਹੁਣ ਤੁਹਾਨੂੰ ਬੇਰੁਜ਼ਗਾਰੀ ਨਹੀਂ ਵਿਖਦੀ? ਹੁਣ ਤੁਹਾਨੂੰ ਵਿਖਦੇ ਨਹੀਂ ਆ ਮੁੰਡੇ, ਜਿਹੜੇ ਯੰਗ ਮੁੰਡੇ ਆ ਉਹਨਾਂ ਨੂੰ ਮੌਕਾ ਦਿੱਤਾ ਜਾਵੇ, ਤੁਸੀਂ ਫਿਰ ਉਹਨਾਂ ਨੂੰ 35-35 ਹਜ਼ਾਰ 'ਤੇ ਰੱਖ ਰਹੇ ਹੋ? ਉਹਨਾਂ ਦਾ ਘਰ ਅੱਗੇ ਭਰੇ ਹੋਏ ਹਨ, ਤੁਸੀਂ ਹੋਰ ਉਹਨਾਂ ਦਾ ਘਰ ਭਰ ਰਹੇ ਹੋ। ਇੱਦਾਂ ਬੇਰੁਜ਼ਗਾਰੀ ਸੀਐਮ ਸਾਹਿਬ ਹੋਰ ਵਧੇਗੀ। ਤੁਸੀਂ ਜਿਹੜੇ ਪੰਜਾਬ ਵਿੱਚ 3,000 ਤੋਂ ਲੈ ਕੇ 3,500 ਮੁੰਡਾ ਪਟਵਾਰੀਆਂ ਨਾਲ ਕੰਮ ਕਰ ਰਿਹਾ, ਤੁਸੀਂ ਉਹਨਾਂ ਦਾ ਵੀ ਰੋਜ਼ਗਾਰ ਖੋ ਰਹੇ ਹੋ। ਤੁਹਾਡੀ ਨਜ਼ਰ ਉਹਨਾਂ 'ਤੇ ਵੀ 5-5, 10-10 ਹਜ਼ਾਰ 10-10 ਹਜ਼ਾਰ 'ਤੇ ਵੀ ਪੈ ਗਈ ਆ। ਉਹਨਾਂ ਦਾ ਵੀ ਤੁਸੀਂ ਹੱਕ ਮਾਰ ਰਹੇ ਹੋ, ਉਹਨਾਂ ਦੀ ਵੀ ਰੋਜ਼ੀ ਰੋਟੀ 'ਤੇ ਤੁਸੀਂ ਲੱਤ ਮਾਰ ਰਹੇ ਹੋ। ਤੁਸੀਂ ਰਿਟਾਇਰ ਪਟਵਾਰੀ ਰੱਖ ਕੇ 35-35, ਤੁਸੀਂ ਉਹ ਜਿਹੜੇ 35-35 ਹਜ਼ਾਰ 'ਤੇ ਰੱਖ ਰਹੇ ਹੋ, ਉਹ ਜਿਹੜੇ ਤੁਸੀਂ ਮੁੰਡੇ ਆ ਉਹਨਾਂ ਨੂੰ ਇੱਕ ਇੱਕ ਸਰਕਲ ਦਿੱਤਾ ਜਾਵੇ ਅਤੇ 10-10, 15-15 ਹਜ਼ਾਰ 'ਤੇ ਵੀ ਮੁੰਡੇ ਕੰਮ ਕਰਨ ਨੂੰ ਤਿਆਰ ਆ। ਕਈ ਮੁੰਡੇ ਤਾਂ ਗ੍ਰੈਜੂਏਟ ਆ, ਉਹਦੇ ਵਿੱਚ ਪੜ੍ਹ ਲਿਖ ਕੇ ਵੀ ਉਹ ਕੰਮ ਕਰ ਰਹੇ ਆ, ਕਿਉਂਕਿ ਰੋਜ਼ਗਾਰ ਹੈ ਨਹੀਂ। ਸੀਐਮ ਸਾਹਿਬ, ਜੇ ਤੁਸੀਂ ਇਹਨਾਂ ਦਾ ਰੋਜ਼ਗਾਰ ਫਿਰ ਖੋ ਹੋ ਗਏ, ਇਹ ਫਿਰ ਵਿਹਲੇ ਹੋ ਕੇ ਮੁੰਡੇ ਕੀ ਕਰਨਗੇ? ਨਸ਼ਿਆਂ ਵੱਲ ਹੀ ਜਾਣਗੇ, ਹੋਰ ਤਾਂ ਕੋਈ ਕੰਮ ਕਰ ਨਹੀਂ ਸਕਦੇ। ਨਸ਼ਾ ਫਿਰ ਕਿੱਥੋਂ ਖਤਮ ਹੋਏਗਾ, ਨਸ਼ਾ ਵਧੇਗਾ। ਸੀਐਮ ਸਾਹਿਬ, ਇਹ ਉਹੀ ਮੁੰਡੇ ਆ ਜਿਹੜੇ ਕਰੋਨਾ ਕਾਲ ਵਿੱਚ ਕੋਵਿਡ-19 ਦੇ ਵਿੱਚ ਡਿਊਟੀਆਂ ਵੀ ਕਰਦੇ ਰਹੇ ਆ, ਕੋਵਿਡ-19 ਵਿੱਚ ਇੱਧਰ ਉੱਧਰ ਵੀ ਜਾਂਦੇ ਰਹੇ ਆ, ਤੁਹਾਡੀ ਇਲੈਕਸ਼ਨ ਡਿਊਟੀਆਂ ਵੀ ਕਰਦੇ ਰਹੇ ਆ, ਅਤੇ ਤੁਸੀਂ ਉਦੋਂ ਕਿਉਂ ਨਹੀਂ ਕਿਹਾ ਇਹਨਾਂ ਨੂੰ ਕਿ ਇਹਨਾਂ ਨੂੰ ਘਰ ਭੇਜੋ, ਇਹ ਤਾਂ ਪ੍ਰਾਈਵੇਟ ਮੁੰਡੇ ਆ? ਸੀਐਮ ਸਾਹਿਬ, ਮੇਰੀ ਹੱਥ ਬੰਨ ਕੇ ਤੁਹਾਨੂੰ ਇਹੀ ਬੇਨਤੀ ਆ ਕਿ ਅਸੀਂ ਜਿਹੜੇ ਤੁਸੀਂ 35-35 ਹਜ਼ਾਰ ਦੇ ਮੁੰਡੇ ਰੱਖ ਰਹੇ ਹੋ, ਰਿਟਾਇਰ ਪਟਵਾਰੀ ਕੰਨ ਕੋਲ ਰੱਖ ਰਹੇ ਹੋ, ਇਹਨਾਂ ਨਾਲ ਤੁਸੀਂ 10-10, 15-15 ਹਜ਼ਾਰ 'ਤੇ ਵੀ DC ਰੇਟ 'ਤੇ ਹੀ ਰੱਖ ਲਓ, ਤਾਂ ਕਿ
बेरोजगारी घट सके। तुसीं तां सगों इन्हां नूं बेरोजगार कर रहे हो। सीएम साहब यही मैं कहना चाहुंदा कि तुसीं अपना जो भी पटवारियों नाल मसला तुहाडा वो बह के इहदा हल कीता जावे। बह के ही इहदा हल निकलना वा कि जो पटवारियों का ये पटवारियों नूं जो पटवारियों के मुद्दे आ उन्हां नूं ध्यान नाल सुनिया जावे ते इहदा हल कीता जावे तां कि जो आम जनता वो खज्जल खुआर ना हो सके। सीएम साहब यही मेरी बेनती है, तुहाडी हाथ जो हाथ बन के अगे बेनती है कि लोग पटवारियों के दफ्तर च धक्के ना खान। तुहाडी लागतबाजी नाल तुहाडी लागतबाजी करके ही लोग खज्जल खुआर हो रहे हैं। मेरी हाथ जोड़ के तुहानू बेनती है कि इन्हों का मसला हल किया जाए तो इन्हों का नबेड़ा किया जाए। यही गल्लां कहना चाहुंदा आखिर ते सीएम साहब बहुत बहुत तुहाडी मेहरबानी होगी जे इन्हों का जल्दी तो जल्दी नबेड़ा हो जाएगा। धन्यवाद।